ਸਰਸ਼ਕਲ ਦਰਸ਼ਕੋ ਅਸੀਂ ਇਸ ਵਕਤ ਮੌਜੂਦ ਹਾਂ ਅਮਰਸਰ ਦੇ ਮਜੀਠਾ ਰੋਡ ਦੇ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦਾ ਰਹਿਣ ਬਸੇਰਾ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿਵੇਂ ਕੀ ਹਾਲਾਤ ਨੇ ਇਸ ਘਰ ਦੇ ਉੱਤੇ ਕਿਉਂਕਿ ਇਸ ਘਰ ਦੀ ਤਸਵੀਰ ਦਿਖਾਣੀ ਹੈ ਇਸ ਕਰਕੇ ਜ਼ਰੂਰੀ ਸਮਝੀ ਕਿ ਹੁਣ ਤੱਕ ਕਾਫੀ ਜੋ ਸਰਕਾਰਾਂ ਆਈਆਂ ਪਰ ਇਹਨਾਂ ਦੀ ਕਿਸੇ ਨਾ ਸਾਰਨਾ ਪੁੱਛੀ ਕਿਉਂਕਿ ਅਕਸਰ ਅੱਜ ਤੱਕ ਤੁਸੀਂ ਦੇਖਿਆ ਹੋਊਗਾ ਕੋਠੀਆਂ ਵੱਡੀਆਂ ਕੋਠੀਆਂ ਹੀ ਵਿਖੀਆਂ ਹੋਣਗੀਆਂ ਕਾਰਾਂ ਵਿਖੀਆਂ ਹੋਣਗੀਆਂ ਪਰ ਇਹ ਹਾਲਾਤ ਅੱਜ ਤੁਹਾਨੂੰ ਤਾਂ ਕਰਕੇ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਪਾਂ ਕਹਿ ਸਕਦੇ ਹਾਂ ਕਿ 50 ਗੱਜ ਦੇ ਵਿੱਚ ਇਹ ਘਰ ਬਣਿਆ ਪਰ ਘਰ ਦੇ ਹਾਲਾਤ ਤੁਹਾਡ ਨਾਲ ਸਾਂਝੇ ਕਰ ਰਹੇ ਹਾਂ ਕਿ ਇਹ ਤੁਸੀਂ ਵੇਖ ਸਕਦੇ ਹੋ ਬਾਲੇ ਦੀਆਂ ਛੱਤਾਂ ਉਹ ਵੀ ਜੋ ਜੋ ਫਰਸ਼ ਦੀ ਗੱਲ ਕਰ ਲਈਏ ਜਾਂ ਸ਼ਾਦੀ ਗੱਲ ਕਰ ਲਈਏ ਤਾਂ ਕਾਫੀ ਜੋ ਫਰਕ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਹੈਗਾ ਰਹਿਣ ਦੇ ਕਾਬਿਲ ਆਪਾਂ ਕਹਿ ਸਕਦੇ ਕਿ ਨਹੀਂ ਹੈਗੀ ਇਹ ਜਗਾ ਪਰ ਫਿਰ ਵੀ ਜੋ ਇੱਥੇ ਕੁਝ ਲੋਕ ਨੇ ਇੱਥੇ ਜੋ ਪਰਿਵਾਰ ਹੈ ਉਹ ਰਹਿੰਦਾ ਤੇ ਇਹ ਜੋ ਦੀਵਾਰ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿੰਨੀ ਨੀਵੀ ਤੇ ਇੱਥੋਂ ਮਿੱਟੀ ਤੱਕ ਉਤਰ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਇਧਰਲੀ ਸਾਈਡ ਜ਼ਰੂਰ ਆ ਕੇ ਇੱਕ ਵਾਰੀ ਦਿਖਾਇਆ ਜਾਵੇ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਦੋ ਲੋਕ ਇੱਥੇ ਜੋ ਮੌਜੂਦ ਨੇ ਪਰਿਵਾਰਕ ਮੈਂਬਰ ਮੌਜੂਦ ਨੇ ਤੇ ਇਹ ਹਾਲਾਤ ਨੇ ਇਸ ਘਰ ਦੇ ਤੇ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਗਣੇਸ਼ لال ਪਾਜੀ ਜੀ ਕਿਵੇਂ ਮਤਲਬ ਇਸ ਜੋ ਹਾਲਾਤਾਂ ਦੇ ਵਿੱਚ ਕਿਵੇਂ ਤੁਸੀਂ ਰਹਿ ਰਹੇ ਹੋ ਕਿਉਂਕਿ ਕਾਫੀ ਮਾੜੇ ਹਾਲਾਤ ਨੇ ਜੋ ਤੁਹਾਡੇ ਇਸ ਘਰ ਦੇ ਪਾਜੀ ਮਕਾਨ ਇਹਦਾ ਸਾਡਾ ਮਾੜਾ ਪਰ ਬਹੁਤ ਮਤਲਬ ਦੁਖੀ ਹੋ ਗਏ ਆ ਕਿ ਇਸ ਕਰਕੇ ਕਿ ਕਿ ਸਾਡਾ ਕੋਈ ਸਾਥ ਨਹੀਂ ਦਿੰਦਾ ਜੀ ਇਸ ਕਰਕੇ ਕਿ ਕੀ ਕਰ ਸਕਦੇ ਆ ਕਿ ਆਪਾਂ ਕੌਣ ਸਾ ਸਾਹਿਬ ਨੂੰ ਕਿਹਾ ਸੀ ਉਥੇ ਜਾ ਕੇ ਆਏ ਸੀ ਘਰ ਸਾਡੇ ਵੇਖਣ ਉਹਨਾਂ ਨੇ ਕੋਈ ਨਹੀਂ ਦਿੱਤਾ ਕਿਤਾ ਸਾਨੂੰ ਪਰ ਹਾਲਾਤ ਇੰਨੇ ਕਮਾੜੇ ਆ ਕਿ ਕਿਵੇਂ ਰਹਿਣ ਬਸੇਰਾ ਕਿਵੇਂ ਕਰਦੇ ਹੋ ਇੱਥੇ ਕਿਉਂਕਿ ਨਾਲ ਹੀ ਸਾਡੀ ਸਾਡੇ ਬਾਲੇ ਟੁੱਟੇ ਆ ਕੋਈ ਪਤਾ ਨਹੀਂ ਕਦੋਂ ਡਿੱਗ ਸਕਦਾ ਮਕਾਨ ਆਪਾਂ ਰਹਿ ਸਕਦੇ ਆ ਦਿਹਾੜੀ ਲਾਉਨੇ ਆਪਾਂ ਦਿਹਾੜੀ ਲਾ ਕੇ 2 300 2 400 ਰੁਪਏ ਲੈ ਕੇ ਆਉਨੇ ਆ ਉਹਨਾਂ ਗੁਜ਼ਾਰਾ ਕਰਦੇ ਆਂ ਸਿਰੇ ਜਾਣੇ ਤੇ ਸ਼ਾਮਾਂ ਨੂੰ ਆਉਂਦੇ ਆਂ ਆਪਾਂ ਜੀ ਇੱਥੋਂ ਆਪਾਂ ਕਹਿ ਸਕਦੇ ਕੀ ਇਹ ਜੋ ਬਾਲੇ ਵਾਲੀ ਛੱਤਾਂ ਵਾਲਾ ਰੈਂਟਰ ਆ ਪਰ ਇੱਥੋਂ ਵੀ ਟੁੱਟਾ ਹੋਇਆ ਇਹ ਦਾ ਕਾਰਨ ਗਿਆੜਾ ਜੀ ਭਾਜੀ ਇਹ ਜੋ ਟੁੱਟੀ ਹੋਈ ਛੱਤ ਵੀ ਇੱਥੋਂ ਮਤਲਬ ਟੁੱਟੀ ਹੋਈ ਹੈ ਇਹ ਵੀ ਦਿਗਪੀ ਸੀ ਭਾਜੀ ਤੇ ਫਿਰ ਇੱਥੋਂ ਮੁੱਕ ਕਰ ਲਿਆ ਆਪਾਂ ਇਹਨੂੰ ਤੇ ਹੁਣ ਵੀ ਆ ਤੁਹਾਡੇ ਸਾਹਮਣੇ ਟੁੱਟੇ ਆ ਕੋਈ ਨਹੀਂ ਸਾਥ ਦਿੰਦਾ ਸਾਡਾ ਜੀ ਪਰ ਜੇਕਰ ਗੱਲ ਕਰ ਲਈਏ ਕਿ ਕਿੰਨੇ ਸਾਲ ਹੋ ਗਏ ਇੱਥੇ ਇਦਾਂ ਹੀ ਰਹਿੰਦੇ ਪਰ ਅੱਜ ਤੱਕ ਕਈ ਸਰਕਾਰਾਂ ਆਈਆਂ ਗਈਆਂ ਕਿਸ ਨੇ ਕਦੀ ਸਾਰ ਪੁੱਛੀ ਕੋਈ ਰਿਸ਼ਤੇਦਾਰ ਅੱਗੇ ਆਇਆ ਕੋਈ ਨਹੀਂ ਜੀ ਕੋਈ ਨਹੀਂ ਇੱਥੇ ਰਹਿੰਦ ਨੂੰ ਸਾਨੂੰ 24 ਸਾਲ ਹੋ ਗਏ ਜੀ ਇਸੇ ਮਕਾਨ ਦੇ ਵਿੱਚ ਤੇ ਸਾਰਾ ਕੋ ਗਏ ਆਪਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਹਾਂਜੀ ਜੀ ਬਿਲਕੁਲ ਉਹਨਾਂ ਦੇ ਧਰਮ ਪਤਨੀ ਵੀ ਛੜਨਾ ਮਜੂਦ ਨਹੀਂ ਗੱਲ ਕਰਾਂਗੇ ਅ ਕਿਵੇਂ ਦੇਖਦੇ ਹੋ ਕਿ ਘਰ ਦਾ ਗੁਜ਼ਾਰਾ ਕਰਨਾ ਕਿੰਨਾ ਔਖਾ ਹੋ ਜਾਂਦਾ ਇਸ ਕੰਡੀਸ਼ਨ ਦੇ ਵਿੱਚ ਬੜਾ ਔਖਾ ਭਾਜੀ ਪਰ ਆਪਣਾ ਹੁਣ ਟਾਈਮ ਪਾਸ ਤਾਂ ਕਰਨਾ ਹੀ ਆ ਠੀਕ ਹੈ ਦੂਜੀ ਗੱਲ ਇਹ ਆ ਵੀ ਜਦੋਂ ਰਾਤ ਮੀਂਹ ਪੈਂਦਾ ਤੇ ਬੱਚੇ ਹੁੰਦੇ ਜਾਗਦੇ ਫਿਰ ਆਪ ਵੀ ਹੁੰਦਾ ਕਿ ਵੇਲੇ ਕਿ ਕੋਈ ਡਿੱਗ ਡੁੱਗਣਾ ਪਵੇ ਇਸ ਕਰਕੇ ਫਿਰ ਹੁਣ ਅਹੀਂ ਆਏ ਆ ਵਿਆਹੇ ਆਏ ਆ ਇਸ ਕਰ ਚੁੰਡ ਰਹਿਣਾ ਤੇ ਪਹਿਣਾ ਹੀ ਆ ਦੂਜੀ ਗੱਲ ਇਹ ਆ ਕਿ ਅਸੀਂ ਵੇਖਿਆ ਇੱਕ ਕਾਰਪੋਰੇਸ਼ਨ ਦਫ਼ਤਰ ਵੀ ਬੜੇ ਵਾਰੀ ਮੈਂ ਗਈ ਆ ਖੁਦ ਗਈ ਆ ਉਹਨਾਂ ਨੇ ਕਿਹਾ ਕੋਈ ਨਹੀਂ ਤੁਹਾਡੀ 12000 ਦੀ ਕਿਸ਼ਤ ਆ ਜਾਏਗੀ ਉਸ ਤੋਂ ਬਾਅਦ ਆ ਸਾਡਾ 12000 ਵੀ ਨਹੀਂ ਆਇਆ ਫਿਰ ਉਸ ਤੋਂ ਬਾਅਦ ਅਸੀਂ ਕਾਉਂਸਲਰ ਦੇ ਦਫ਼ਤਰ ਵੀ ਗਏ ਆ ਉਹਨਾਂ ਨੇ ਕਹਿੰਦੇ ਕੋਈ ਨਹੀਂ ਤੁਹਾਡਾ ਹੱਲ ਕਰਾ ਦਾਂਗੇ ਉਹ ਘਰ ਵੀ ਖੋਦ ਆਏ ਸੀ ਇੱਕ ਵਾਰੀ ਸਾਡੇ ਪੂਰੀ ਆਪਣੇ ਲੈ ਕੇ ਸਾਰਿਆਂ ਨੂੰ ਵੇਖ ਜਾਚ ਕੇ ਗਏ ਉਸ ਤੋਂ ਬਾਅਦ ਆ ਫਿਰ ਆਪਾਂ ਕੋਈ ਗੱਲ ਨਹੀਂ ਕੀਤੀ ਆ ਆਪਾਂ ਕਿਹਾ ਜੇ ਵੇਖ ਕੇ ਗਏ ਤੇ ਉਹ ਆਏ ਨਹੀਂ ਤੇ ਆਪਾਂ ਬਾਰ-ਬਾਰ ਕੀ ਜਾਈਏ ਇਹਨਾਂ ਕੋਲ ਤੁਸੀਂ ਵੇਖੋ ਆ ਕੇ ਸਾਡੀ ਮਤ ਕਰੋ ਕਿ ਮੈਂ ਬਿਮਾਰ ਹੈਗੀ ਮੇਰਾ ਆਦਮੀ ਜਿੰਨੇ ਕਮਾਉਂਦਾ ਕੁਛ ਮੇਰੀ ਦਵਾਈ ਲਿਆ ਦਿੰਦਾ ਕੁਛ ਉਹ ਘਰ ਦਾ ਖਰਚਾ ਕਰ ਲੈਂਦਾ ਸਾਡਾ ਬੇਟਾ ਇੱਕ ਹੈ ਤੇ ਉਹ ਪੜਦਾ ਨਹੀਂ ਅਸੀਂ ਉਹਨੂੰ ਕੰਮ ਤੇ ਲਾ ਦਿੱਤਾ ਕਿ ਤੂੰ ਕੰਮ ਹੀ ਸਿੱਖ ਲੈ ਹਾਂਜੀ ਇਸ ਕਰਕੇ ਕਿ ਇੱਥੇ ਉਹਨੇ ਪੜ੍ਹਾਈ ਨਹੀਂ ਸੀ ਕਰਦਾ ਤੇ ਅਸੀਂ ਕਿਹਾ ਤੂੰ ਕੰਮ ਸਿੱਖ ਲੈ ਕਿ ਆਪਾਂ ਤਰਲੇ ਲੈਣ ਦੇ ਕੱਲ ਨੂੰ ਤੂੰ ਤਾਂ ਸਾਡੇ ਵਾਂਗ ਤਰਲੇ ਲੈ ਲੇਂਗਾ ਇਸ ਕਰਕੇ ਆਪਾਂ ਨੂੰ ਲੱਕੜ ਦੇ ਕੰਮ ਚ ਪਾਤਾ ਤੇ ਹਜੇ ਉਹਦੀ ਉਮਰ ਹੈ ਜੇ ਕੋਈ ਉਹ ਜੀ ਹੈਗੀ ਨਹੀਂ ਆਂ ਐਂ ਕਿਹਾ ਵੀ ਬਾਹਰ ਫਿਰੇਗਾ ਕੱਲ ਨੂੰ ਸਾਨੂੰ ਕੋ ਲਾਮਾ ਦੇਗਾ ਇਸ ਕਰਕੇ ਅਸੀਂ ਬੱਚੇ ਨੂੰ ਟਿਕਾਣੇ ਲਾਇਆ ਹੋਇਆ ਤੇ ਬੇਟੀ ਸਾਡੀ ਇੱਕ ਵਿਆਹੀ ਇੱਕ ਬੇਟੀ ਵਿਆਹਣ ਵਾਲੀ ਆ ਤੇ ਦੋਨੋਂ ਜੀ ਆਪਾਂ ਇੱਕਲਾ ਜਾਣਾ ਇੱਕ ਮਾਨ ਵਾਲਾ ਘਰ ਚੋਂ ਤੇ ਇਸ ਕਰਕੇ ਅੱਗੇ ਮੈਂ ਘਰਾਂ ਦਾ ਕੰਮ ਕੰਮ ਕਰਦੀ ਸੀ ਤੇ ਜਦੋਂ ਦੀ ਮੈਂ ਜ਼ਿਆਦਾ ਬਿਮਾਰਾ ਮੈਂ ਨਹੀਂ ਕਰ ਸਕਦੀ ਤੇ ਮੈਂ ਹੁਣ ਘਰੇ ਰਹਿਨੀ ਆ ਇਸ ਕਰਕੇ ਕਿ ਮੈਂ ਮੇਰੀ ਧੜਕਣ ਵੱਜ ਜਾਂਦੀ ਮੈਂ ਕੰਮ ਨਹੀਂ ਕਰ ਸਕਦੀ ਤੇ ਬਾਕੀ ਸਾਨੂੰ ਸ਼ਿਕਾਇਤ ਕੋਈ ਨਹੀਂ ਹੈਗੀ ਸਰਕਾਰ ਅੱਗੇ ਕੱਲ ਨੂੰ ਸਾਨੂੰ ਕੋਈ ਛੱਟਪੇਟ ਲੱਗੀ ਮਰ ਗਏ ਫਿਰ ਸਾਨੂੰ ਕਹਿਣਗੇ ਤੁਹਾਡੇ ਬੱਚੇ ਨੂੰ ਆ ਕੇ ਸਾਡੇ ਕੋ ਮਤਲ ਲੈ ਲੋ ਪੰਜ ਦੀ 10 ਦੀ ਕਿ ਇਹਨਾਂ ਦਾ ਭੋਗ ਪਾ ਲੋ ਭੋਗ ਪਾਣਾ ਕੀ ਹੋ ਜਾਣਾ ਜੇ ਸਾਨੂੰ ਜ਼ਿੰਦੇ ਜੀਣਾ ਕਿਸ ਨੇ ਪੁੱਛਿਆ ਤੇ ਬਸ ਮੈਂ ਕੁਝ ਨਹੀਂ ਕਹਿਣਾ ਚਾਹਦੀ ਉਹਨਾਂ ਨੂੰ ਇਹੋ ਹੀ ਸਾਡੀ ਹੈ ਕਿ ਆਣ ਕੇ ਵੇਖਣ ਤੇ ਸਾਡੀ ਮਤਕ ਕਦੀ ਸੋਚਿਆ ਕਿ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਰਹਿ ਜਾਣਾ ਕਿਉਂਕਿ ਅੱਜ ਕੱਲ ਤਾਂ ਜਿੰਨਾ ਮਹਿੰਗਾ ਜ਼ਮਾਨਾ ਹੈ ਘਰ ਦੀ ਰੋਟੀ ਚਲਾਣੀ ਕਾਫੀ ਔਖੀ ਆ ਪਰ ਇਹ ਜੋ ਹਾਲਾਤ ਨੇ ਕਦੀ ਮਨ ਚ ਆਉਂਦਾ ਨਹੀਂ ਕਿ ਨਹੀਂ ਨਹੀਂ ਮੇਰੇ ਮਨ ਚ ਕਦੀ ਨਹੀਂ ਆਇਆ ਕਿ ਜਦੋਂ ਰੱਬ ਨਹੀਂ ਸਾਡੀ ਸੁਣਦਾ ਤੇ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਕਿ ਸਾਡੀ ਰੱਬ ਅੱਗੇ ਅਰਦਾਸ ਆਈ ਬੰਦੇ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਕਿ ਸਰਕਾਰ ਨੂੰ ਆਪਾਂ ਹੁਣ ਕਹਿ ਸਕਦੇ ਆ ਵੀ ਤੁਸੀਂ ਆਏ ਜੇ ਸਾਰਾ ਕੁਝ ਕਰਨ ਡੇ ਗਲੀਆਂ ਬਣਾ ਡੇ ਕਮ ਸੇ ਕਮ ਇੰਨੇ ਲੰਗਰ ਲੱਗੇ ਨੇ ਸਾਡੇ ਅੰਬਰਸਰ ਚ ਅਸੀਂ ਵੀ ਖਾਣੇ ਆ ਇਹ ਨਹੀਂ ਵੀ ਨਹੀਂ ਜਦੋਂ ਬਾਜ਼ਾਰ ਜਾਂਦੇ ਆ ਕਿਤੇ ਨੇ ਕਿਤੇ ਖਾਣੇ ਆ ਕਮ ਸੇ ਕਮ ਸਾਡੇ ਵੱਲ ਕਦੀ ਕੋਈ ਰਿਸ਼ਤੇਦਾਰ ਨੇ ਆ ਕੇ ਪੁੱਛਿਆ ਕਦੀ ਰਿਸ਼ਤੇਦਾਰ ਨੇ ਨਹੀਂ ਵੇਖਿਆ ਰਿਸ਼ਤੇਦਾਰ ਵੀ ਮਤਲਬ ਆਪਣੇ ਘਰ ਠੀਕ ਠਾਕ ਨੇ ਤੇ ਪਰ ਕਦੀ ਆਣ ਕੇ ਉਹਨਾਂ ਪੁੱਛਿਆ ਨਹੀਂ ਸਿਰਫ ਇਹੀ ਕਹਿਣਗੇ ਬਚਾ ਆ ਬਚਾ ਆ ਤੇ ਆਪਾਂ ਰਿਸ਼ਤੇਦਾਰਾਂ ਨੂੰ ਕੀ ਕਹੀਏ ਕਿ ਜੇ ਤੁਹਾਨੂੰ ਨਹੀਂ ਨਜ਼ਰ ਆਂਦਾ ਕਿ ਆਪਾਂ ਦਾ ਦਾ 20-2000 ਰੁਪਏ ਪਾਈਏ ਤਾਂ ਚਲੋ ਭੈਣ ਦੀ ਮਤਤ ਕਰ ਚੱਕੀਏ ਪਰ ਨਹੀਂ ਕਿਉਂਕਿ ਮੇਰਾ ਭਰਾ ਵੀ ਨਹੀਂ ਕੋਈ ਹੈਗਾ ਮੇਰਾ ਮਾਂ ਪਿਓ ਨਹੀਂ ਹੈਗਾ ਤੇ ਮੈਂ ਕਿਸ ਨੂੰ ਕਹਿ ਸਕਦੀ ਮੇਰੇ ਭਤੀਜੇ ਨੇ ਤੇ ਛੋਟੇ ਛੋਟੇ ਨੇ ਇਸ ਕਰਕੇ ਕਿ ਉਹ ਆਪਣਾ ਮਾਹ ਗੁਜ਼ਾਰਾ ਕਰਦੇ ਮੈਂ ਉਹਨਾਂ ਨੂੰ ਤੰਗ ਕੀ ਕਰਾਂ ਤੁਸੀਂ ਘਰ ਦੇ 4 ਮੈਂਬਰ ਇਸੇ ਕਮਰੇ 'ਚ ਇਸੇ ਜਗ੍ਹਾ ਤੇ ਰਹਿਨੇ ਐ। ਐਸੇ ਬੈੱਡ ਤੇ ਸੌਣਨੇ ਆ, ਇੱਕੋ ਹੀ ਬੈੱਡ ਤੇ ਸੌਣਨੇ ਆ। ਕਿਉਂਕਿ ਅੱਗੇ ਮੰਜਾ ਵੀ ਨਹੀਂ ਡੱਟਦਾ, ਫਿਰ ਮੰਜਾ ਡਾਲੀਏ ਤੇ ਕਿਉਂਕਿ ਛੱਤ ਤੇ ਪੱਖਾ ਨਹੀਂ ਲੱਗਦਾ, ਫਿਰ ਫਰਾਟਾ ਪੱਖਾ ਵੀ ਤੇ ਲਾ ਕੇ ਹੀ ਸੌਣਾ ਨਾ। ਗਰਮੀ ਐ। ਇਸ ਕਰਕੇ ਫਿਰ ਆਪਾਂ ਬੈੱਡ ਤੇ ਹੀ ਸੌਣੇ ਤੇ ਤੰਗ ਹੀ ਆ ਫਿਰ ਕੀ ਕਰੀਏ ਗੁਜ਼ਾਰਾ ਤੇ ਕਰਨੇ ਆ ਨਾ। ਹਾਂ। ਕਿੰਨੀਆਂ ਕਮਜ਼ਬੂਰੀਆਂ ਜੋ ਅੱਲੀ ਤਾਂ ਬਹੁਤ ਜ਼ਿਆਦਾ ਸਾਡੇ ਪਰ ਹੁਣ ਆਪਾਂ ਕਿਹੜੀ ਕਿਹੜੀ ਮਜਬੂਰੀਆਂ ਨਾਲ ਦੱਸੀਏ ਸਾਡੀ ਛੱਤ ਪੈ ਜੇ ਤੇ ਸਾਨੂੰ ਇੰਨਾ ਹੀ ਇਹਨਾਂ ਦਾ ਬਹੁਤ ਸ਼ੁਕਰ ਆ। بس ਇਹਨਾਂ ਬਾਰੇ ਕੋਈ ਕੋਈ ਮਾੜੀ ਗੱਲ ਨਹੀਂ ਕਰ ਸਕਦੇ ਕੋਈ ਕੁਝ ਨਹੀਂ ਫਿਰ ਵੀ ਸਰਕਾਰ ਆ ਸਾਡਾ ਸੋਚਣਾ ਚਾਹੀਦਾ ਉਹਨਾਂ ਨੂੰ ਹਾਂਜੀ ਕਦੀ ਡਰ ਨਹੀਂ ਆਉਂਦਾ ਕਿ ਜਦੋਂ ਹਨੇਰੀ ਤੂਫਾਨ ਝੱਖੜਾਂ ਦੇ ਦਿਨ ਹੁੰਦੇ ਨੇ ਕਿ ਬੱਚੇ ਵੀ ਨਾਲ ਹੁੰਦੇ ਨੇ ਕਿ ਠੀਕ ਆ ਆਪਣੀ ਉਮਰ ਉਹ ਕਹਣਗੇ ਕਿ ਮੰਮੀ ਇੱਕ ਸਾਈਡ ਤੇ ਹੋ ਜਾ ਮੈਂ ਉਹਨਾਂ ਨੂੰ ਕਹਿੰਨੀ ਇੱਕ ਸਾਈਡ ਤੇ ਹੋ ਜੋ ਉਹ ਕਹੇਗਾ ਮੰਮੀ ਡੈਡੀ ਨੂੰ ਅਪੜੇ ਲਾ ਕੇ ਕਰ ਲਾ ਮੈਂ ਕਹਿੰਨੀ ਨਹੀਂ ਤੇ ਡੈਡੀ ਤਾਂ ਇੱਧਰ ਹੀ ਆ ਤੁਸੀਂ ਵੀ ਇੱਧਰ ਆ ਜਾਓ ਫਿਰ ਆਪਾਂ ਇੱਕ ਮੰਜਾ ਡਾਣੇ ਆ ਉਧਰ ਤੇ ਉੱਥੇ ਆਪਾਂ ਚਾਰੇ ਜਣੇ ਇੱਕ ਮੰਜੇ ਤੇ ਹੋ ਕੇ ਕਰਤੇ ਜੇ ਰਾਤ ਨੂੰ ਜਦੋਂ ਵੀ ਮੀਂਹ ਆਂਦਾ ਜਾਂ ਜਦੋਂ ਬੱਦਲ ਗੱਜਦਾ ਫਿਰ ਆਪਾਂ ਉਥੇ ਕਰ ਲੈਨੇ ਆ ਰਾਤ ਬਰਾਤੀ ਹੁਣ ਬੇਟੀ ਜਵਾਨ ਆ ਬੂਹਾ ਵੀ ਨਹੀਂ ਖੁੱਲਾ ਛੱਡ ਕੇ ਸੌ ਸਕਦੇ ਗੁਜ਼ਾਰਾ ਕਿੰਨਾ ਕੁ ਔਖਾ ਹੁੰਦਾ ਤੇ ਕਿਵੇਂ ਕਰਦੇ ਉਹ ਕਰ ਗੁਜ਼ਾਰਾ ਤੇ ਬਹੁਤ ਔਖਾ ਜੇ ਪਰ ਹੁਣ ਘਰ ਚ ਆਏ ਹੁਣ ਕਰਨਾ ਤੇ ਪਹਿਣਾ ਹੀ ਆ ਸਾਨੂੰ ਇਹ ਗੁਜ਼ਾਰਾ ਤੇ ਔਖੇ ਵਾਲੀ ਤੇ ਕੋਈ ਗੱਲ ਹੀ ਛੱਡੋ ਵੀ ਆਖਾ ਬਹੁਤ ਜਿਆਦਾ ਤੇ ਇੱਥੋਂ ਬੜ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਜਿੱਧਰ ਤੁਸੀਂ ਇੱਕ ਤਰਫਾ ਰਸੋਈ ਤੇ ਬਾਥਰੂਮ ਰੱਖਿਆ ਇੱਕੋ ਜਗ੍ਹਾ ਦੇ ਉੱਤੇ ਤੇ ਉੱਥੇ ਮੰਜੀੜਾ ਕੇ ਕਈ ਵਾਰ ਸੋ ਜਾ ਹਾਂਜੀ ਉੱਥੇ ਡਾਨੇ ਆ ਜੀ ਬਾਥਰੂਮ ਦੇ ਬੂਹੇ 'ਚ ਡਾਨੇ ਆ ਤੇ ਜੇ ਕਿਹਨੂੰ ਬਾਥਰੂਮ ਆ ਜੇ ਤਾਂ ਬੜੀ ਤੰਗੀ ਹੁੰਦੀ ਫਿਰ ਅਸੀਂ ਇਹਨਾਂ ਨੂੰ ਕਹਿ ਦਿੰਨੇ ਆ ਇਹਨਾਂ ਨੂੰ ਇਹਦੇ ਪਾਪਾ ਨੂੰ ਵੀ ਤੇ ਕਾਕੇ ਨੂੰ ਵੀ ਕਹਿ ਦਿੰਨੇ ਆ ਕਿ ਤੋੜਨੇ ਜਨੇ ਬਾਹਰ ਹੋ ਜਾਓ ਅਸੀਂ ਬਾਥਰੂਮ ਕਰਨਾ ਜਾਂ ਮੈਂ ਕਰਨਾ ਹੋਵੇ ਜਾਂ ਬੇਟੀ ਨੇ ਕਰਨਾ ਹੋਵੇ ਫਿਰ ਅਸੀਂ ਕਹਿੰਨੇ 2 ਮਿੰਟ ਬਾਹਰ ਹੋ ਜਾਓ ਬਾਈ ਚਾਂਸ ਜੇ ਕਿਹਨੂੰ ਲੈਟਰਿੰਗ ਵੀ ਆ ਜੇ ਤਾਂ ਤਾਂ ਵੀ ਕਈ ਵਾਰੀ ਮੀਂਹ ਪੈਂਦਾ ਹੁੰਦਾ ਫਿਰ ਵੀ ਬਾਹਰ ਖਲੋ ਜਾਣੇ ਆ ਕਿ ਸਾਹਮਣੇ ਥੋੜੀ ਅਸੀਂ ਪਾਵਾਂਗੇ ਹੁਣ ਅੰਦਰ ਹੀ ਸਭ ਕੁਝ ਆ ਫਿਰ ਕੀ ਕਰੀਏ ਉਹਨੂੰ ਗੁ ਮਨ ਚ ਆਉਂਦਾ ਕਿ ਮਤਲਬ ਮੇਰੇ ਪਰਿਵਾਰ ਦੇ ਨੇ ਮਾੜੇ ਹਾਲਾਤ ਆ ਤੇ ਮੈਂ ਕਿਵੇਂ ਮਤਲਬ ਗੁਜ਼ਾਰਾ ਕਰਾਂ ਕਿਧੇ ਅੱਗੇ ਹੱਥ ਅੱਡਾਂ ਕੋਈ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਭਾਜੀ ਕੋਈ ਨਹੀਂ ਆਪਾਂ ਇਹ ਧੜੀ ਲਾ ਕੇ ਗੁਜ਼ਾਰਾ ਕਰਦੇ ਭਾਜੀ ਸਿਹਰੇ ਜਾਣੇ 9 ਵਜੇ ਸ਼ਾਮ ਨੂੰ 8 ਵਜੇ ਜਾਣੇ ਭਾਜੀ ਬਸ ਕਿਉਂਕਿ ਇਹ ਜੋ ਕੰਦਾ ਆਪਣੇ ਸਹਿਯੋਗੀ ਨੂੰ ਕਵਾਂਗੇ ਇੱਕ ਵਾਰੀ ਜ਼ਰੂਰ ਇਹ ਦੀਵਾਰ ਵੀ ਦਿਖਾਈ ਜਾਵੇ ਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਗਰ ਕੋਈ 5 ਫੁੱਟ ਦਾ ਵੀ ਇਨਸਾਨ ਆ ਉਹ ਵੀ ਜਿਹੜਾ ਥੱਲੇ ਧੋਣ ਕਰਕੇ ਇੱਥੋਂ ਨਿਕਲੇਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਤੱਕ ਝੜ ਰਹੀ ਹੈ ਇਸ ਕੰਧ ਦੇ ਵਿੱਚੋਂ ਕਿਉਂਕਿ ਮਿੱਟੀ ਦੀਆਂ ਕੰਧਾਂ ਬਣੀਆਂ ਹੋਈਆਂ ਨੇ ਇਹ ਕਦੀ ਵੀ ਡਿੱਗ ਸਕਦੀਆਂ ਨੇ ਹਾਂਜੀ ਭਾਜੀ ਇਹ ਡਿੱਗ ਸਕਦਾ ਜੀ ਆ ਮੇਰੇ ਵਜ ਵਜ ਕੇ ਡਿੱਗੀਆਂ ਜੇ ਆ ਮੈਂ ਅਹੀਂ ਜਦੋਂ ਇਹਨੂੰ ਲੰਘਦੇ ਆ ਨਾ ਭਾਜੀ ਇਹ ਸਾਡੇ ਹੀ ਵਜ ਵਜ ਕੇ ਲੰਘਿਆ ਕਿ ਨੀਵੇਂ ਕਰੀ ਜਾਣਾ ਤੇ ਸਿਰ 'ਚ ਵਜ ਵਜ ਕੇ ਤੇ ਟੁੱਟ ਗਈਆਂ ਜੇਟਾ ਕਿ ਲੰਘਿਆ ਨਹੀਂ ਨਾ ਜਾਂਦਾ ਬਹੁਤ ਜ਼ਿਆਦਾ ਨੀਵੇਂ ਨਾ ਇਸ ਕਰਕੇ ਵੀ ਬਿਲਕੁਲ ਇਸ ਦੇ ਨਾਲ-ਨਾਲ ਤੁਹਾਨੂੰ ਜੋ ਇਸ ਏਰੀਆ ਦੇ ਵੀ ਹਾਲਾਤ ਨੇ ਉਹ ਵੀ ਦਿਖਾਣੇ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਔਖੀ ਕੜੀ ਦੇ ਵਿੱਚ ਇੱਥੋਂ ਨਿਕਲਣਾ ਪੈਂਦਾ ਤੇ ਇਹ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵੇਖ ਸਕਦੇ ਹੋ ਇਹ ਹਾਲਾਤ ਨੇ ਇੱਕੋ ਜਗ੍ਹਾ ਦੇ ਉੱਤੇ ਰਸੋਈ ਵੀ ਆ ਇੱਕੋ ਜਗ੍ਹਾ ਦੇ ਉੱਤੇ ਵਾਸ਼ਰੂਮ ਵੀ ਆ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਕਮਰੇ ਟਾਈਪ ਹੋ ਕੇ ਇੱਥੇ ਇੱਕ ਕਮਰਾ ਹੁੰਦਾ ਹੋਵੇਗਾ ਸ਼ਾਇਦ ਤੇ ਉਸੇ ਜਗ੍ਹਾ ਦੇ ਉੱਤੇ ਮਜਬੂਰੀ ਇੰਨੀ ਕ ਮਜਬੂਰੀ ਸੀ ਕਿ ਜਿੱਥੇ ਇਹਨਾਂ ਨੂੰ ਇੱਕੋ ਥਾਂ ਦੇ ਉੱਤੇ ਰੋਟੀ ਪਕਾਜੀ ਵੀ ਤੇ ਨਾਲ ਦੇ ਨਾਲ ਨਹਾਣ ਦਾ ਵੀ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਸਾਰਾ ਇੰਤਜ਼ਾਮ ਕਰਨਾ ਪਿਆ ਤੇ ਸਾਡੇ ਨਾਲ ਇੱਥੋਂ ਦੇ ਜੋ ਮਹੱਲਾ ਨਿਵਾਸੀ ਨੇ ਉਹ ਵੀ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਸਰ ਕਿਵੇਂ ਵੇਖਦੇ ਹੋ ਕਿ ਇਹਨਾਂ ਦੇ ਜੋ ਘਰ ਦੇ ਹਾਲਾਤ ਨੇ ਕਿਵੇਂ ਦੇ ਨੇ ਤੇ ਅੱਜ ਤੱਕ ਏਰੀਆ ਏਰੀਏ ਦੇ ਜੋ ਲੋਕ ਨੇ ਤੁਹਾਡੇ ਇਸ ਏਰੀਏ ਦੇ ਕਦੀ ਇਹਨਾਂ ਦੀ ਮਦਦ ਕੀਤੀ ਕਿਸੇ ਨੇ ਅ ਪਹਿਲਾ ਨੰਬਰ ਤੇ ਦਾਸ ਤਲਵਿੰਦਰ ਸਿੰਘ ਪਾਟਿਆ ਸਮਾਜ ਸੇਵਕ ਇਲਾਕੇ ਵਾਲੋਂ ਬੇਨਤੀ ਇਹ ਵੀ ਦੇਖੋ ਆਪਾਂ ਕਹਿ ਸਕਦੇ ਹਾਂ ਵੀ ਦੀਵੇ ਥੱਲੇ ਹਨੇਰਾ ਮੇਅਰ ਇਸ ਇਲਾਕੇ ਦਾ ਹੋਵੇ ਕਾਰਪੋਰੇਸ਼ਨ ਕਮਿਸ਼ਨਰ ਇਸ ਇਲਾਕੇ ਦਾ ਹੋਵੇ ਤੇ ਇਸ ਬੰਦੇ ਦੇ ਹਾਲਾਤ ਦੇਖੋ ਤੁਸੀਂ ਤੇ ਲੈਟ੍ਰੀਨ ਟਾਇਲਟ ਕਿੱਥੇ ਆ ਦੇਖੋ ਜਰਾ ਤੇ ਰਸੋਈ ਦੇਖੋ ਕਿੱਥੇ ਆ ਦੇਖੋ ਟਾਇਲਟ ਦਾ ਦੂਜੇ ਪਾਸੇ ਦਵਾਰ ਵੀ ਨਹੀਂ ਅੱਜ ਇਹਨਾਂ ਦੀ ਬੇਟੀ ਵਿਆਹੀ ਹੋਈ ਏ ਜਵਾਈਆਂ ਭਾਈਆਂ ਵਾਲੇ ਆ ਇਹ ਤੇ ਵੇਖੋ ਐਸੇ ਚਲਦੇ ਫਿਰਦੇ ਜਿਹੜੇ ਨਾ ਮੌਤ ਦੇ ਸਾਏ ਥਲੇ ਜੀ ਰਹੇ ਨੇ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹ ਗੱਲ ਕਹਾਂਗਾ ਪੀ ਦੇਖੋ ਸਾਡੇ ਜਿਹੜੇ ਲੰਗਰ ਲੱਗਦੇ ਆ ਗੁਰੂ ਮਹਾਰਾਜ ਜੀ ਦੇ ਲੰਗਰ ਲੱਗਦੇ ਜਾਂ ਦੂਜੇ ਦਿਨ ਦਿਹਾੜਾ ਦੇ ਲੰਗਰ ਲੱਗਦੇ ਆ ਉਹ ਲੰਗਰ ਲਾਣ ਨਾਲੋਂ ਇਹੋ ਜਿਹਾ ਕੋਈ ਲੰਗਰ ਲਾ ਦਿਓ ਕਿਸੇ ਗਰੀਬ ਦੀ ਛੱਤ ਪਵਾ ਦਿਓ ਤੁਹਾਡਾ ਮਾਰੇ ਦੇ ਘਰ ਜਿਹੜਾ ਤੁਹਾਡਾ ਹਾਇਰੀ ਤੁਹਾਡੀ ਉਹ ਲੱਗ ਜਾਣੀ ਹੈ ਜ਼ਰੂਰੀ ਆਪਾਂ ਰੱਜਿਆਂ ਨੂੰ ਜਿਹੜੇ ਘਰੋਂ ਪਰੌਂਠੇ ਖਾ ਕੇ ਆਏ ਹੁੰਦੇ ਉਹਨਾਂ ਨੂੰ ਆਪਾਂ ਤਨ ਤਨ ਪੂੜੀਆਂ ਖਵਾਈ ਜੰਨੇ ਆ ਇਹੋ ਜਿਹਾ ਗਰੀਬ ਦੀ ਛੱਤ ਪਵਾ ਦਿਓ ਤੁਹਾਡੀਆਂ ਪੂੜੀਆਂ ਤੁਹਾਡੀ ਜਿਹੜੀ ਹਾਇਰੀ ਗੁਰੂ ਘਰ ਪਹੁੰਚ ਜਾਣੀ ਹੈ ਕਿਉਂਕਿ ਐਦਾਂ ਸਮੇਂ 'ਚ ਤਾਂ ਘਰ ਦਾ ਕਹਿ ਲੀਏ ਕਿ ਗੁਜ਼ਾਰਾ ਕਰਨਾ ਇੰਨਾ ਖੁੱਖਾ ਹੋ ਚੁੱਕਾ ਜਿੰਨੀ ਮਹਿੰਗਾਈ ਹੋ ਚੁੱਕੀ ਆ ਪਰ ਐਵੇਂ ਜੋ ਇਹ ਹਾਲਾਤ ਵੇਖਣ ਨੂੰ ਮਿਲ ਜੇ ਨਾਲ ਇੰਨੀ ਮਜਬੂਰੀ ਹੋਵੇਗੀ ਅਗਰ ਮੀਂਹ ਛਕਰਦੇ ਦਿਨ ਵੀ ਜੋ ਅੱਗੇ ਆਣ ਆਲੇ ਨੇ ਜਿੱਦਾਂ ਆਪਾਂ ਕਹਿ ਲੀਏ ਕਿ ਬਰਸਾਤਾ ਦੇ ਦਿਨ ਜਦੋਂ ਆਂਦੇ ਨੇ ਤਾਂ ਇਹ ਤੇ ਇੱਕ ਹਿਸਾਬ ਨਾਲ ਮੌਤ ਜਿੱਦਾਂ ਆਪਾਂ ਕਹਿੰਨੇ ਕਿ ਨਾਂ ਲੈ ਕੇ ਚੱਲ ਰਹੇ ਨੇ ਦੇਖੋ ਅੱਜ ਇਹਨਾਂ ਦੇ ਕੋਈ ਹਾਲਾਤ ਨਹੀਂ ਪੁੱਛਦਿਆ ਬੰਦਾ ਕੋਈ ਨਹੀਂ ਪੁੱਛਦਿਆ ਔਰ ਪਰਮਾਤਮਾ ਨਾ ਕਰੇ ਜਿੱਦਣੇ ਥੱਲੇ ਆ ਕੇ ਮਰ ਗਏ ਮੈਂ ਲਫਜ਼ ਮੇਰੇ ਕੋੜੇ ਆ ਉਦੋਂ ਸਾਰਿਆਂ ਲੀਡਰਾਂ ਨੇ ਇੱਥੇ ਆ ਕੇ ਖਲੋਇਆ ਨਾ ਪਿੱ ਸਾਨੂੰ ਕਿਉਂ ਨਹੀਂ ਦੱਸਿਆ ਤੇ ਐਸ ਵੇਲੇ ਇਹ ਸਰਕਾਰ ਦੇ ਵਿੱਚ ਅੰਨੇ ਹੋਏ ਪਏ ਨੇ ਮੈਂ ਗੱਲਾਂ ਕੋੜੀਆਂ ਕਰਦਾ ਸੱਚੀਆਂ ਕਰਦਾ ਦਵਾਈ ਮੇਸ਼ਾ ਕੋੜੀ ਅਸਰ ਕਰਦੀ ਮਿੱਠੀ ਦਵਾਈ ਅਸਰ ਨਹੀਂ ਕਰਦੀ ਇਸ ਗਰੀਬ ਦੀ ਛੱਤ ਪਵਾ ਦਿਓ ਮੈਂ ਕਹਿੰਦਾ ਸਭ ਤੋਂ ਪਹਿਲਾਂ ਤੇ ਮੈਂ ਕਹਿੰਦਾ ਮੈਂ ਇੱਥੇ ਖਲੋਤਾ ਐਸ ਵੇਲੇ ਮੈਂ ਸਾਰਿਆਂ ਵਿੱਚ ਸੰਸਥਾਵਾਂ ਨੂੰ ਅਪੀਲ ਕਰਦਾ ਵਾਂ ਕਾਰਪੋਰੇਸ਼ਨ ਨੂੰ ਅਪੀਲ ਕਰਦਾ ਆ ਮੇਰਾ ਵੀਰਾ ਇੱਕ ਸਮਾਜ ਸੇਵੀ ਮੇਰਾ ਬੜਾ ਮਸ਼ਹੂਰ ਵੀਰ ਹੈ ਮਨਦੀਪ ਸਿੰਘ ਮੰਨਾ ਮੈਂ ਉਹਨੂੰ ਹੀ ਅਪੀਲ ਕਰਦਾ ਕਿ ਕੋਈ ਐਨ ਆਰ ਆਈ ਸੰਸਥਾਵਾਂ ਨੂੰ ਅਪੀਲ ਕਰੋ ਕਿ ਇਹੋ ਜੀ ਕੋਈ ਛੱਤ ਪਵਾ ਦਿਓ ਸਭ ਤੋਂ ਪਹਿਲਾਂ ਤੇ ਮੈਂ ਤੁਸੀਂ ਮੈਨੂੰ ਬੁਲਾਇਆ ਮੈਂ ਆਪ ਕਹਿਣਾ ਕਿ ਮੈਂ ਇਸ ਪਰਿਵਾਰ ਨੂੰ ਆਪਣੇ ਵੱਲੋਂ ਜਿੱਦਨ ਤੋਂ ਇਹਨਾਂ ਦੇ ਪੈਸੇ ਖਾਤੇ ਸ਼ੁਰੂ ਹੋਣਗੇ 5000 ਰੁਪਏ ਮੈਂ ਆਪਣੇ ਵੱਲੋਂ ਇਹਨਾਂ ਨੂੰ ਗਰੀਬ ਪਰਿਵਾਰ ਨੂੰ ਆਪਣੇ ਕੋਲੋਂ ਦੇਵਾਂਗਾ ਜੀ ਮੈਂ ਤੇ ਇਹ ਚਾਹੁੰਦਾ ਵਾਂ ਕਿ ਕੋਈ ਮੇਰੇ 4 5 10 20 ਸੱਜਣ ਆਉਣ 5-5000 ਹੀ ਕੋਈ ਦੇਣ ਇਹੋ ਜਿਹੇ ਦੀ ਛੱਤ ਪਾ ਦੇ ਗਰੀਬ ਆਦਮੀ ਦੀ ਆਹ ਵੇਖੋ ਇਧਰ ਦੀ છા ਮੈਂ ਕੈਮਰਾ ਵਾਲੇ ਵੀਰ ਨੂੰ ਕਹਾਂਗਾ ਵੀ ਆਹ ਦੇਖਿਓ ਇੱਧਰ ਦੇਖੋ ਇਹਦੇ ਥਲੇ ਬੀਮਾ ਨਹੀਂ ਕੋਈ ਵੀ ਇਹ ਦੱਸੋ ਕਿਵੇਂ گزارਾ ਕਰਦੇ ਨੇ ਛੱਤ ਇਹਨਾਂ ਦੀ ਅੰਦਰੋਂ ਟੁੱਟੀ ਪਈ ਏ ਜਿੱਦਨ ਬਰਸਾਤ ਆ ਗਈ ਇਹ ਬੰਦੇ ਘਰੋਂ ਬਾਹਰ ਨਿਕਲ ਜਾਂਦੇ ਆ ਰਾਤ ਹੋਵੇ ਭਾਵੇਂ 1 ਵਜੇ ਹੋਵੇ ਭਾਵੇਂ 2 ਵਜੇ ਹੋਣ ਤੇ ਭਾਵੇਂ 4 ਵਜੇ ਹੋਣ ਅੱਗੋਂ 10 ਦਾ ਮਹੀਨਾ ਬਰਸਾਤਾ ਸ਼ੁਰੂ ਹੋ ਗਿਆ ਨੇ ਤੇ ਮੈਂ ਕਹਿੰਨਾ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਕੋਈ ਵੀ ਇਹਨਾਂ ਦਾ ਜਿਹੜਾ ਕੋਈ ਇਹਨਾਂ ਦਾ ਵਿਚਾਰਿਆਂ ਦਾ ਕੋਈ ਇਹਨਾਂ ਦੇ ਕੋਈ ਸੁਣਵਾਈ ਇਹਨਾਂ ਦੀ ਕੀਤੀ ਜਾਵੇ ਇੱਕ ਜਿਹੜੀ ਮੁਰਵ ਸੇਵਾ ਸਕੀਮ ਆਈ ਸੀ ਸੈਂਟਰ ਗਵਰਨਮੈਂਟ ਦੀ ਉਹਦੇ ਵਿੱਚ ਵੇਖੋ ਮੇਅਰ ਸਾਹਿਬ ਨੇ ਘੱਟੋ ਘੱਟ ਕੋਈ 7-800 ਬੰਦੇ ਨੂੰ ਪੈਸੇ ਵੰਡੇ ਪਰ ਜਿਨ੍ਹਾਂ ਨੂੰ ਜ਼ਰੂਰਤ ਦੇ ਵਿਚਾਰਿਆਂ ਨੂੰ ਉਹਨਾਂ ਨੂੰ ਤੇ ਮਿਲੇ ਨਹੀਂ ਤੇ ਲੈਂਡਰ ਵਾਲਿਆਂ ਨੂੰ ਮਿਲ ਗਏ ਆਪਾਂ ਉਹਨਾਂ ਨੂੰ ਕੀ ਕਰਨਾ ਲੈਂਡਰ ਵਾਲਿਆਂ ਨੂੰ ਆਪਾਂ ਤੇ ਬਾਲਿਆਂ ਵਾਲੇ ਬਾਰੇ ਸੋਚੀਏ ਇਹਨਾਂ ਲੋਕਾਂ ਨੇ ਬੜੇ ਚਾਵਾ ਨਾਲ ਵੋਟਾਂ ਪਾਈਆਂ ਜੇ ਇਹਨਾਂ ਲੋਕਾਂ ਨੇ ਬਾਅਦ ਚ ਆਪਣਾ ਦੇਖਣ ਦੇ ਹਾਲਾਤ ਦੇਖਣ ਤੇ ਇਹਨਾਂ ਨੇ ਬਾਅਦ ਚ ਬਦਲਾ ਲੈਣਾ ਇਹ ਦੂਜੇ ਪਾਸੇ ਇਸ ਕਰਕੇ ਮੇਰੇ ਵੀਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਰਕਾਰਾਂ ਨੂੰ ਬੇਨਤੀ ਕਰਦਾ ਵਾ ਕਿ ਇਹੋ ਜਿਹੇ ਗਰੀਬ ਆਦਮੀ ਦੀ ਛੱਤ ਪਵਾ ਦਿਓ ਬਹੁਤ-ਬਹੁਤ ਮੇਰੇ ਵੱਲੋਂ ਤੇ ਮੈਂ ਇਹਨਾਂ ਦਾ ਵੀ ਜਦੋਂ ਕੋਈ ਸੋਚਿਆ ਜਾਵੇ ਮੌਤ ਦੇ ਸਾਇਥਲੇ ਜੀਰੇ ਦੇ ਇਹਨਾਂ ਦਾ ਕੋਈ ਸੋਚੋ ਜੀ ਬਿਲਕੁਲ ਜੋ ਮਾਤਾ ਜੀ ਨੇ ਹਰ ਨਾਮ ਜੂਦ ਨੇ ਅਗਰ ਜਿਹੜੇ ਕੋਈ ਦਰਸ਼ਕ ਇੱਥੇ ਦੇਖ ਰਹੇ ਨੇ ਅਗਰ ਉਹ ਤੁਹਾਡੀ ਮਦਦ ਕਰਨਾ ਚਾਹਣ ਉਹਨਾਂ ਨੂੰ ਕੀ ਮਸੇ ਲਾਓਗੇ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਜਿਹੜੀ ਸਾਡੀ ਮੱਤ ਕਰਨਗੇ ਅਸੀਂ ਉਹਨਾਂ ਦੇ ਨਾਲ ਹੀ ਆ ਜੀ ਹਾਂਜੀ ਕੋਈ ਗੱਲ ਹੀ ਨਹੀਂ ਜਿਹੜਾ ਵੀ ਸਾਡੀ ਮੱਤ ਕਰਗਾ ਅਸੀਂ ਤੇ ਉਹਨਾਂ ਦੇ ਨਾਲ ਹੀ ਆ ਸ਼ੁਰੂ ਤੋਂ ਅਸੀਂ ਆਉਂਦੇ ਰਹੇ ਹਾਂ ਸਾਰਿਆਂ ਦੀ ਮੱਤ ਕਰਦੇ ਰਹੇ ਹਾਂ ਹੁਣ ਜਿਹੜੀ ਸਾਡੀ ਮੱਤ ਕਰੇਗਾ ਅਸੀਂ ਤੇ ਉਹਨਾਂ ਦੇ ਨਾਲ ਹੀ ਆ ਹਾਂਜੀ ਅੱਜ ਹੋਰ ਕੋਈ ਨਹੀਂ ਹੀ ਕਹੇ ਹਾਂਜੀ ਇਹ ਬਿਲਕੁਲ ਕੀ ਕਹਿਣਾ ਚਾਹੋਗੇ ਜੋ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਗੁਹਾਰ ਲਾਣੀ ਚਾਹੋਗੇ ਭਾਜੀ ਸਾਨੂੰ ਹੀ ਮਦਦ ਕਰਨੀ ਚਾਹੀਦੀ ਸਾਡਾ ਲੈਂਟਰ ਪਾ ਦਿਓ ਬਸ ਸਾਨੂੰ ਸਾਨੂੰ ਕੁਝ ਨਹੀਂ ਚਾਹੀਦਾ ਭਾਜੀ ਸਾਨੂੰ ਪਿਆਰ ਨਹੀਂ ਚਾਹੀਦਾ ਕੁਝ ਪੈਸਾ ਨਹੀਂ ਚਾਹੀਦਾ ਸਾਨੂੰ ਸਾਨੂੰ ਲੈਂਟਰ ਪਾ ਦਿਨ ਬਸ ਇਨਾ ਹੀ ਕਿ ਚਲੋ ਗੰਤੋਂ ਨਿਕਲ ਜਾਈਏ ਆਪਾਂ ਹਾਂਜੀ ਇਹ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਤੜਨਾਲ ਅੱਜ ਇਸ ਘਰ ਦੇ ਹਾਲਾਤ ਜੋ ਸਾਂਝੇ ਕੀਤੇ ਨੇ ਤੁਸੀਂ ਵੇਖ ਹੀ ਲਿਆ ਕਿ ਕਿੰਨੇ ਜੋ ਮਾੜੇ ਹਾਲਾਤ ਨੇ ਇੱਕੋ ਜਗ੍ਹਾ ਦੇ ਉੱਤੇ ਰਸੋਈ ਘਰ ਵੀ ਆ ਤੇ ਇੱਕੋ ਜਗ੍ਹਾ ਉਸੇ ਜਗ੍ਹਾ ਦੇ ਉੱਤੇ ਜੇ ਆਪਾਂ ਦੂਸਰੇ ਪੰਨੇ ਦੇਖੀਏ ਤਾਂ ਉਸੇ ਜਗ੍ਹਾ ਦੇ ਉੱਤੇ ਹੀ ਵਾਸ਼ਰੂਮ ਹੈ ਟਾਇਲਟ ਹੈ ਤੇ ਉਸੇ ਜਗ੍ਹਾ ਦੇ ਨਾਲ ਹੀ ਆਪਣੀ ਮੰਜੀ ਡਾ ਕੇ ਇਸੇ ਜਗ੍ਹਾ ਦੇ ਉੱਤੇ ਹੀ ਇਹ ਲੋਕ ਸੋ ਰਹੇ ਨੇ ਪਰ ਜ਼ਰੂਰ ਜਿਹੜੇ ਵੀਡੀਓ ਦੇਖ ਰਹੇ ਨੇ ਆਪਾਂ ਉਹਨਾਂ ਅੱਗੇ ਅਪੀਲ ਵੀ ਕਰਾਂਗੇ ਕਿ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ ਅਗਰ ਅਸੀਂ ਦਾਨੀ ਸੱਜਣ ਕਿਤੇ ਹੋਰ ਵੀ ਦਾਨ ਕਰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਇਹੋ ਜਿਹੇ ਲੋਕ ਵੇਖਣ ਚਾਹੀਦੇ ਨੇ ਇਹੋ ਜਿਹੇ ਹਾਲਾਤ ਜਿਨ੍ਹਾਂ ਤੇ ਕੋਈ ਪੈਸਾ ਨਹੀਂ ਹੈਗਾ ਪੈਸਾ ਨਹੀਂ ਹੈਗਾ ਘਰ ਚਲਾਣਾ ਔਖਾ ਹੋ ਜਾਂਦਾ ਪਰ ਉਸ ਕੰਡੀਸ਼ਨ ਦੇ ਵਿੱਚ ਰਹਿਣਾ ਗੁਜ਼ਾਰਾ ਕਰਨਾ ਇਹ ਤੁਸੀਂ ਵੇਖ ਹੀ ਸਕਦੇ ਹੋ ਪਰ ਜ਼ਰੂਰ ਇੱਕ ਬੇਨਤੀ ਹੈ ਕਿ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਹੈ ਤੇ ਜ਼ਰੂਰ ਇੱਕ ਵਾਰੀ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਕ ਜਗਬਾਨੀ ਟੀਵੀ ਅੰਮ੍ਰਿਤਸਰ